ਉਹ ਅਸੀਂ ਕਿਰਾਇਆ ਮਾਲਕ ਮਕਾਨ ਦੀ ਜ਼ੁਬਾਨ ਚ ਲਿਖੀ ਹੈ ਜੀ ਅੱਛਾ ਇਰਸ਼ਾਦ ਉਹ ਲਿਖਦਾ ਹੈ ਉਹ ਕਹਿੰਦਾ ਕਿ ਤੁਸਾਂ ਜੇ ਕਿਰਾਏ ਉੱਤੇ ਲੈਣਾ ਇਹ ਮਕਾਨ ਹੈ ਮੇਰੀ ਕੁਝ ਸ਼ਰਤਾਂ ਦਾ ਰੱਖਣਾ ਧਿਆਨ ਵਾਹ ਮੇਰੇ ਅੱਗੇ ਕਦੇ ਵਡਿਆਈ ਨਹੀਂ ਜੇ ਕਰਨੀ ਘਰ ਵਿੱਚ ਝਗੜਾ ਲੜਾਈ ਨਹੀਂ ਜੇ ਕਰਨੀ ਮੈਨੂੰ ਮੇਰੇ ਪਿੱਛੋਂ ਕਦੀ ਆਵਾਜ਼ ਨਹੀਂ ਜੇ ਮਾਰਨੀ ਸਿੰਕ ਵਿੱਚ ਚੌਲਾਂ ਵਿੱਚੋਂ ਪਿੱਛ ਨਹੀਂ ਨਤਾਰਨੀ ਤੇ ਭਾਵੇਂ ਹੁਣ ਕੁਝ ਭਾਵੇਂ ਸੋਹਣੇ ਇੱਥੇ ਆਉਣ ਨਾ ਤੁਸੀਂ ਇੱਥੇ ਰਹਿਣਾ ਤੇ ਪ੍ਰਾਹੁਣੇ ਇੱਥੇ ਆਉਣ ਨਾ ਲੈ ਬੱਚੇ ਤੁਹਾਡੇ ਗਲੀਆਂ ਚ ਰੌਲਾ ਰੱਪਾ ਪਾਣਨਾ ਉਹਨਾਂ ਬਾਰੇ ਮਹੱਲੇ ਚੋਂ ਉਲਾਮੇ ਮੈਨੂੰ ਆਣਨਾ ਵੇਖਾਂ ਨਾ ਮੈਂ ਬਾਲਾਂ ਦੀਆਂ ਆਣੀਆਂ ਤੇ ਜਾਣੀਆਂ ਤੁਹਾਡੇ ਵਿੱਚੋਂ ਕਿਸੇ ਨੇ ਟਿਊਸ਼ਨਾਂ ਪੜ੍ਹਾਉਂਦੇ ਬਾਰ ਬਾਰ ਪੌੜੀਆਂ ਚੋਂ ਉੱਤੇ ਥੱਲੇ ਜਾਣਾ ਨਹੀਂ ਬਹੁਤਾ ਹਮਸਾਇਆਂ ਨਾਲ ਪਿਆਰ ਤੁਸਾਂ ਪਾਉਣਾ ਨਹੀਂ ਕੋਠੇ ਉੱਤੇ ਖੇਡਣਾ ਨਹੀਂ ਕਦੀ ਗੇਂਦ ਬੈਟ ਵੀ ਮੱਛਰਾਂ ਦੇ ਮਾਰਨੇ ਨੂੰ ਲਾਣਾ ਰੋਜ਼ ਮੈਟ ਵੀ ਮਾਲਕ ਮਕਾਨ ਕੰਧਾ ਨਾਲੇ ਫਰਸ਼ਾਂ ਤੇ ਦਾਗ ਕੋਈ ਲਾਣਾ ਨਹੀਂ ਕੱਪੜੇ ਨੂੰ ਰੰਗ ਦੇ ਕੇ ਜੰਗਲੇ ਤੇ ਪਾਣਾ ਨਹੀਂ ਨਵਾਂ ਕੀਲ ਠੋਕਣਾ ਨਹੀਂ ਪਹਿਲਾਂ ਨਹੀਂ ਉਖਾੜਨਾ ਨਵਾਂ ਕੀਲ ਠੋਕਣਾ ਨਹੀਂ ਪਹਿਲਾਂ ਨਹੀਂ ਉਖਾੜਨਾ ਛੱਤ ਉੱਤੇ ਡਿਸ਼ਨ ਟੀਨਾ ਵੀ ਨਹੀਂ ਚਾੜਨਾ ਰੋਜ਼ ਰੋਜ਼ ਖੋਲਣੇ ਨਹੀਂ ਬਕਸੇ ਤੇ ਪੇਟੀਆਂ ਮਹੱਲੇ ਵਿੱਚ ਕਿਧਰੇ ਨਹੀਂ ਪਾਣੀਆਂ ਕਮੇਟੀਆਂ ਤੇ ਕੋਈ ਫੇਰੀ ਵਾਲਾ ਬੂਹੇ ਅੱਗੇ ਨਹੀਂ ਖਿਲਾਰਨਾ ਕੰਧ ਉੱਤੇ ਬੈਠੀ ਹੋਈ ਮੱਖੀ ਨੂੰ ਨਹੀਂ ਮਾਰਨਾ ਇਸ ਪਤੇ ਉੱਤੇ ਅਖਬਾਰ ਵੀ ਲਵਾਉਣਾ ਨਹੀਂ ਬਾਥਰੂਮ ਵਿੱਚ ਕਦੀ ਖੜੇ ਹੋ ਕੇ ਨਹਾਉਣਾ ਨਹੀਂ ਖੁਸ਼ੀਆਂ ਦੇ ਮੌਕੇ ਉੱਤੇ ਹੋਣਾ ਤੁਹਾਡਾ ਰੋਲ ਕੀ ਸੁਣ ਲਵੋ ਪਹਿਲੇ ਕਿੰਨਾ ਵਜੇ ਇੱਥੇ ਢੋਲਕੀ ਅੱਗਾਂ ਬਾਲ ਬਾਲ ਇੱਥੇ ਦੇਗਾਂ ਨੀ ਪਕਾਉਣੀਆਂ ਨਾਲੇ ਸ਼ਬਰਾਤ ਨੂੰ ਹਵਾਈਆਂ ਨੀ ਚਲਾਉਣੀਆਂ ਸ਼ਾਦੀ ਤੇਲ ਮਹਿੰਦੀ ਸ਼ਾਦੀ ਹਾਲ ਜਾ ਕੇ ਕਰਨੀ ਚੋਰੀ ਦੀ ਰਿਪੋਰਟ ਮੇਰੇ ਨਾਲ ਜਾ ਕੇ ਕਰਨੀ ਦੁੱਧ ਤੁਸਾਂ ਮਹੀਨੇ ਦੇ ਉਧਾਰ ਉੱਤੇ ਲਾਣਾ ਨਹੀਂ ਗੋਲ ਗੱਪੇ ਇਮਲੀ ਅਚਾਰ ਤੁਸਾਂ ਖਾਣਾ ਨਹੀਂ ਮੇਰੀ ਇਸ ਗੱਲ ਤੇ ਹੈਰਾਨੀ ਤੁਹਾਨੂੰ ਹੋਵੇਗੀ ਤੁਹਾਨੂੰ ਖੰਘ ਲੱਗੀ ਪਰੇਸ਼ਾਨੀ ਸਾਨੂੰ ਹੋ ਬਦਲੋ ਜੇ ਘਰ 3 ਮਹੀਨੇ ਦੀ ਮਿਆਦ ਹੈ ਤੁਸਾਂ ਦੇਣੀ ਲਿਖ ਕੇ ਜ਼ੁਬਾਨੀ ਮੈਨੂੰ ਯਾਦ ਹੈ ਬਾਕੀ ਗੱਲਾਂ ਚੱਲਦੀਆਂ ਰਹਿਣਗੀਆਂ ਨਾਲ ਨਾਲ ਜਿਵੇਂ ਜਿਵੇਂ ਵਧੇਗਾ ਕਿਰਾਇਆ ਨਵੇਂ ਸਾਲ ਸਾਲ ਮੇਰੀ ਇਹਨਾਂ ਸ਼ਰਤਾਂ ਦਾ ਰੱਖੋਗੇ ਧਿਆਨ ਜੇ ਸੱਤ ਬਿਸਮਿਲਾ ਤੁਹਾਡਾ ਆਪਣਾ ਮਕਾਨ ਜੀ ਨਾ ਦੇਣਾ ਨੀ ਗੱਲਾਂ ਨੇ ਸਿੱਧਾ ਸਿੱਧਾ ਨਾ